हाँ जी दोस्तों, सत श्रीकाल। बहुत खास प्रोग्राम तुहाडी सेवा दे विच लैके हाजिर हो गए हैं। इस खास प्रोग्राम दे विच बहुत ही खास शख्सियत अज साडे नाल मौजूद ने। पंजाबी फिल्म इंडस्ट्री की जो गल करते हैं तो उन्हां दीआं अक्सर ही गल्लां चलदियां रहिंदियां ने। मैं गल कर रहा कुलराज रंधावा होरां दी। सो जिन्होंने जिन्नियां भी फिल्मां कीतियां सुपर डुपर हिट गईआं, जिन्ने ओह आप खूबसूरत ने, उन्हां दीआं फिल्मां दे विच उन्हां दी एक्टिंग, उन्हां दे किरदार उहदे नालों भी ज्यादा खूबसूरत सीगे। सो अज भी साडे नाल जुड़े हुए ने, उन्हां दी आउण वाली फिल्म दे बारे गल करांगे, तूं होवे मैं होवां। पर सब तो पहला उन्हां नूं वेलकम करदे आं। सत श्री अकाल कुलराज जी, वेलकम जी आयां नूं। ਸਤਿ ਸ਼੍ਰੀ ਅਕਾਲ ਦਿਜੀਤ ਜੀ, ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਇਹ ਟਾਈਮ ਦਿੱਤਾ, ਇਹ ਆਪਣੇ ਰੂਬਰੂ ਹੋਣ ਨਾਲ ਗੱਲਾਂ ਕਰਨ ਲਈ, ਆਪਣੇ ਯੂਕੇ ਵਾਲੇ ਸਾਰੇ ਜਿਹੜੇ ਲਿਸਨਰਸ ਨੇ, ਜਿਹੜੇ ਵੇਖ ਰਹੇ ਨੇ ਸਾਨੂੰ, ਬਹੁਤ ਬਹੁਤ ਤੁਹਾਨੂੰ ਧੰਨਵਾਦ। ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਜੀ ਇਹੀ ਇੱਕ ਕੁਇਕਲੀ ਮੈਂ ਮੌਕਾ ਲਊਂਗੀ, ਬਿਕੋਜ਼ ਇਹ ਤੁਹਾਡਾ, ਇਹ ਤੁਸੀਂ ਸਵਾਲ ਪੁੱਛਣੇ, ਪਰ ਪਹਿਲਾਂ ਮੈਂ ਕਹੂੰਗੀ ਕਿ ਇਹ ਯੂਕੇ ਤੋਂ ਇਹ ਸਭ ਤੋਂ ਜ਼ਿਆਦਾ ਆ ਫਿਲਮ ਦੀ ਜਿਹੜੀ ਹੈਗੀ ਹੈ ਕਿ ਮੈਨੂੰ ਫੀਡਬੈਕ ਆ ਰਹੀ ਹੈ। ਸਿਰਫ ਯੂਕੇ ਵਾਲੇ ਵੈਸੇ ਠੀਕ ਹੈ, ਪਰ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਵਸਦੇ ਨੇ ਪੰਜਾਬੀ, ਉਹ ਤਾਂ ਯਾਦ ਕਰ ਰਹੇ ਸੀ ਕਿ ਕੁਲਰਾਜ ਖੁਰੀ ਅੱਜ ਕੱਲ ਕਿੱਥੇ ਚਲੇ ਗਏ, ਮਤਲਬ ਕਿ ਬਹੁਤ ਦੇਰ ਤੋਂ ਤੁਹਾਡਾ ਇੰਤਜ਼ਾਰ ਹੋ ਰਿਹਾ ਸੀਗਾ। ਸੋ ਥੈਂਕ ਗੋਡ। ਤੇ ਪੰਜਾਬੀ ਫਿਲਮਾਂ ਦੇ ਵਿੱਚ ਮੈਂ ਇਹੀ ਕਹਾਂਗਾ ਜੋ ਮੈਂ ਸੋਚ ਰਿਹਾ ਕਿ ਦੁਬਾਰਾ ਇੱਕ ਵਾਰ ਤੁਸੀਂ ਆ ਕੇ ਸਟਾਰਟ ਕਰਨ ਜਾ ਰਹੇ ਹੋ। ਸੋ ਮੇਰਾ ਸਵਾਲ ਵੀ ਪਹਿਲਾਂ ਇਹੀ ਹੈ ਕਿ ਇੰਨੀ ਦੇਰ ਦਾ ਗੈਪ ਆਖਰ ਕਿਉਂ? ਗੈਪ ਨਹੀਂ ਜੀ ਸੀਗਾ, ਬਿਕੋਜ਼ ਵਾਟ ਹੈਪਨਸ ਇਜ਼ ਕਿ ਮੈਂ ਥੋੜ੍ਹੀ ਜਿਹੀ ਸਿਲੈਕਟਿਵ ਹੈਗੀ ਆਪਣੇ ਸਕ੍ਰਿਪਟ। ਅੱਛਾ। ਸੋ ਜਦੋਂ ਕਿਤੇ ਮੈਨੂੰ ਕੋਈ ਵਧੀਆ ਸਕ੍ਰਿਪਟ ਲੱਗਦੀ ਹੈ, ਉਦੋਂ ਬੰਦਾ ਕਹਿੰਦਾ ਕਿ ਠੀਕ ਹੈ ਜੀ ਇਹ ਕਰੀਏ, ਬਿਕੋਜ਼ ਮੈਨੂੰ ਪਤਾ ਹੈ ਇਹ ਸਭ ਦੀ ਮੇਰੇ ਨਾਲ ਉਹ ਥੋੜ੍ਹੀ ਜਿਹੀ ਰਹਿੰਦੀ ਹੈ ਰੰਜਿਸ਼ ਕਿ ਤੁਸੀਂ ਜੀ ਕਰਦੇ ਨਹੀਂ ਉਹ ਕੰਮ। ਹੈ ਮੇਰਾ ਬੜਾ ਮਨ ਕਰਦਾ ਹੈ ਕੰਮ ਕਰਨ ਨੂੰ, ਬਿਕੋਜ਼ ਐਜ਼ ਐਨ ਆਰਟਿਸਟ ਅਸੀਂ ਬਹੁਤ ਕੰਮ ਕਰਨਾ ਚਾਹੁੰਦੇ ਹਾਂ, ਬਟ ਇਟਸ ਜਸਟ ਦੈਟ ਕਦੀ ਕਦੀ ਆਪਣੇ ਕੰਮਾਂ 'ਚ ਵੀ ਬਾਕੀ ਬਿਜ਼ੀ ਹੋ ਜਾਂਦੇ ਹਾਂ, ਪਲੱਸ ਦ ਕਾਇੰਡ ਆਫ ਸਕ੍ਰਿਪਟ ਯੂ ਗੈਟ, ਕਈ ਵਾਰੀ ਟੀਮ ਨਹੀਂ ਠੀਕ ਹੁੰਦੀ, ਕਦੀ ਡੇਟਾ ਨਹੀਂ ਮੈਚ ਕਰਦੇ, ਸੋ ਲੋਟ ਆਫ ਥਿੰਗਸ, ਬਟ ਆਈ ਐਮ ਫਾਈਨਲੀ ਹੇਅਰ ਐਂਡ ਆਈ ਐਮ ਗਲੈਡ ਕਿ ਇਹ ਫਿਲਮ ਆ ਰਹੀ ਹੈ ਜੀ ਹੁਣ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ 10 ਫਰਵਰੀ ਨੂੰ ਇੱਕ ਵੱਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਕੁਲਰਾਜ ਰੰਧਾਵਾ ਹੋਰਾਂ ਦੀ, ਜਿਸ ਦਾ ਨਾਮ ਹੈਗਾ ਤੂੰ ਹੋਵੇ ਮੈਂ ਹੋਵਾਂ। ਸੋ ਮੇਨ ਲੀਡ ਤੇ ਨੇ ਜਿਮੀ ਸ਼ੇਰਗਿੱਲ ਅਤੇ ਕੁਲਰਾਜ। ਸੋ ਬੜੀ ਵੱਡੀ ਤੇ ਉਹ ਖੂਬਸੂਰਤ ਫਿਲਮ ਆਈ ਗਈ ਫਿਲਮ ਹੈਗੀ ਹੈ। ਸੋ ਜਿਸ ਦਾ ਟ੍ਰੇਲਰ ਤੁਸੀਂ ਯੂਟਿਊਬ ਤੇ ਦੇਖ ਸਕਦੇ ਹੋ, ਵੱਖ ਵੱਖ ਪਲੇਟਫਾਰਮਸ ਦੇ ਉੱਤੇ ਚੱਲ ਰਿਹਾ। ਸੋ ਜਿਵੇਂ ਬਹੁਤ ਸਾਰੀਆਂ ਆਸਾਂ ਨੇ ਪੰਜਾਬੀਆਂ ਨੂੰ, ਕਿਉਂਕਿ ਫਿਲਮਾਂ ਤਾਂ ਰੋਜ਼ ਬਣ ਰਹੀਆਂ ਪੰਜਾਬੀ ਇੰਡਸਟਰੀ ਦੇ ਵਿੱਚ, ਕੁਲਰਾਜ ਹੋਰਾਂ ਨੇ ਵੀ ਗੱਲ ਕੀਤੀ ਕਿ ਬਹੁਤ ਫਿਲਮਾਂ ਬਣ ਰਹੀਆਂ, ਪਰ ਦੇਖਣ ਕਿਹਨੂੰ ਜਾਣਾ ਹੈ, ਇਹ ਹੁਣ ਚੋਣ ਜਿਹੜੀ ਹੈ ਉਹ ਹੋਇਆ ਕਰੇਗੀ ਪੰਜਾਬੀਆਂ ਦੀ ਮੈਨੂੰ ਲੱਗਦਾ ਹੈ। ਪਰ ਇਸ ਫਿਲਮ ਨੂੰ ਮੈਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਦੇਖਣ ਜਾਓਗੇ। ਅੱਛਾ ਕੁਲਰਾਜ ਜੀ, ਇਹ ਫਿਲਮ ਚੁਣਨ ਦਾ ਕਾਰਨ ਮੈਨੂੰ ਦੱਸਿਓ ਕਿ ਕਿਉਂ ਤੁਸੀਂ ਇਹ ਫਿਲਮ ਚੂਜ਼ ਕੀਤੀ, ਕਿਉਂਕਿ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਿਲੈਕਟਿਵ ਹੋ। ਸੋ ਇਹਨੂੰ ਚੂਜ਼ ਕਰਨ ਦਾ ਕੀ ਕਾਰਨ? ਅੱਜ ਕੱਲ੍ਹ ਜੀ ਸਭ ਤੋਂ ਪਹਿਲਾਂ ਇਸ਼ੂ ਜਿਹੜਾ ਤੂੰ ਤੂੰ ਮੈਂ ਜਿਹੜੀ ਚੱਲਦੀ ਹੈ ਨਾ ਘਰਾਂ 'ਚ, ਉਹ ਜੀ ਮੈਂ ਹਰ ਪਾਸੇ ਜਦੋਂ ਮੈਂ ਦੇਖਦੀ ਹਾਂ, ਮੇਰੇ ਫਰੈਂਡ ਸਰਕਲ 'ਚ, ਮੇਰੇ ਆਪਣੇ ਰਿਲੇਟਿਵਸ 'ਚ, ਸਾਰਿਆਂ ਦੀ ਇਹੀ ਨੋਕ ਝੋਕ ਜਿਹੜੀ ਹੈਗੀ ਆ ਹਸਬੈਂਡ ਵਾਈਫ ਦੀ, ਇਹ ਬਹੁਤ ਹੀ ਹੁਣ ਅੱਜ ਕੱਲ੍ਹ, ਪਹਿਲਾਂ ਆਪਾਂ ਕਹਿੰਦੇ ਸੀ ਨਹੀਂ ਨਹੀਂ ਚਲੋ ਪਰਿਵਾਰਾਂ 'ਚ ਹੁੰਦਾ ਹੀ ਹੈ, ਯੂ ਨੋ ਥੋੜ੍ਹਾ ਬਹੁਤ ਚੱਲਦਾ ਰਹਿੰਦਾ, ਪਰ ਇਹ ਥੋੜ੍ਹਾ ਬਹੁਤ ਜਿਹੜਾ ਹੈਗਾ ਹੁਣ ਉਹ ਥੋੜ੍ਹਾ ਜਿਹਾ ਇਹ ਇਸ਼ੂਜ਼ ਬਣਨ ਲੱਗ ਗਏ ਹੈਗੇ ਨੇ, ਜਿਹੜੇ ਕਿ ਅਨਫੋਰਚੁਨੇਟਲੀ ਡਿਵੋਰਸ ਰੇਟਸ ਬੜੇ ਹਾਈ ਹੋ ਗਏ ਨੇ, ਬਿਕੋਜ਼ ਆਫ ਜਿਹੜੀ ਇਹ ਆਪਾਂ ਕਹਿ ਲਈਏ ਸੋਚ ਵਿਚਾਰ ਚੇਂਜ ਹੋ ਗਈ ਹੈ, ਡਿਫਰੈਂਸ ਬਿਟਵੀਨ ਜਨਰੇਸ਼ਨ, ਜਿਹੜੇ ਅਸੀਂ ਆਪਣੇ ਮਾਂ ਪਿਓ ਤੋਂ ਦੇਖਦੇ ਸੀਗੇ, ਅਸੀਂ ਸਾਡੇ ਦਾਦੀਆਂ ਤੋਂ ਦੇਖਦੇ ਸੀਗੇ, ਹੁਣ ਜਿਹੜੀ ਜਨਰੇਸ਼ਨ ਹੈ ਇਹ ਤੋਂ ਅੱਗੇ ਜਿਹੜੀ ਜਨਰੇਸ਼ਨ ਹੈ ਉਹਨਾਂ ਦਾ ਥੋਟ ਪ੍ਰੋਸੈਸ ਮੈਰਿਜ ਬਾਰੇ ਬਹੁਤ ਹੀ ਡਿਫਰੈਂਟ ਹੈ। ਸੋ ਅਸੀਂ ਇਹੀ ਫਿਲਮ ਜਿਹੜੀ ਹੈ ਇੱਕ ਡਿਫਰੈਂਟ ਐਂਗਲ ਤੋਂ ਲੈ ਕੇ ਆਏ ਹਾਂ, ਬਟ ਇਸ਼ੂ ਸੇਮ ਨੇ ਕਿ ਕਿਸ ਤਰ੍ਹਾਂ ਮਿਸਕਮਿਊਨੀਕੇਸ਼ਨ ਹੋ ਜਾਂਦਾ ਹੈ ਹਸਬੈਂਡ ਵਾਈਫ 'ਚ, ਤੇ ਕਿਸ ਤਰ੍ਹਾਂ ਇਨ ਲਾਜ਼ ਵੀ ਵਿੱਚੇ ਹੀ ਪੈ ਜਾਂਦੇ ਨੇ, ਫਿਰ ਉਹ ਕੋਈ ਇੱਥੋਂ ਖਿੱਚਦਾ, ਕੋਈ ਉੱਥੋਂ ਖਿੱਚਦਾ, ਸੋ ਇਵੈਂਚੁਅਲੀ ਕਿਸ ਤਰ੍ਹਾਂ ਇਹ ਜੀ ਹੈ, ਬਟ ਇਟਸ ਅ ਵੈਰੀ ਗੁੱਡ ਫਿਲਮ, ਇਟਸ ਅ ਲਾਈਟ ਫਿਲਮ, ਤੇ ਇੱਕ ਪੂਰੀ ਫੈਮਿਲੀ ਨੂੰ ਲੈ ਕੇ ਜਾਣ ਵਾਲੀ ਫਿਲਮ ਹੈ। ਸੋ ਦੈਟਸ ਠੀਕ ਹੈ, ਠੀਕ ਹੈ, ਠੀਕ ਹੈ। ਸੋ ਦੂਸਰਾ ਇੱਕ ਵੱਡੀ ਜਿਹੜੀ ਮੈਂ ਗੱਲ ਇਹ ਵੀ ਨੋਟ ਕਰਦਾ ਕਿ ਜਿਮੀ ਜੀ ਦੇ ਨਾਲ ਹੀ ਤੁਹਾਡੀ ਇਹ ਫਿਲਮ ਦੁਬਾਰਾ ਆ ਰਹੀ ਹੈ। ਪਹਿਲਾਂ ਇੱਕ ਫਿਲਮ ਸੀਗੀ, ਸੋ ਉਹ ਮਤਲਬ ਕਿ ਇੰਨੀ ਜ਼ਿਆਦਾ ਪਸੰਦ ਕੀਤੀ ਗਈ ਉਸ ਵੇਲੇ ਜਦੋਂ ਤੁਹਾਡੀ ਉਹ ਫਿਲਮ ਆਉਂਦੀ ਹੈ, ਉਹ ਗੀਤ ਤੂੰ ਹੋਵੇ ਮੈਂ ਹੋਵਾਂ, ਸੋ ਮਤਲਬ ਮੈਨੂੰ ਇਦਾਂ ਲੱਗਦਾ ਵੀ ਉਹ ਹਰ ਇੱਕ ਪੰਜਾਬੀ ਦੀ ਜ਼ੁਬਾਨ ਤੇ ਹੋਊਗਾ, ਤੇ ਤੁਹਾਡੀਆਂ
ਤੁਹਾਡੀਆਂ ਤਸਵੀਰਾਂ ਬਣ ਜਾਂਦੀਆਂ ਹੋਣਗੀਆਂ ਸਾਰਿਆਂ ਦੇ ਸਾਹਮਣੇ ਜਦੋਂ ਉਹ ਗੀਤ ਚੱਲਦਾ, ਹੈ ਨਾ। ਸੋ ਮਤਲਬ ਇਸ ਤਰ੍ਹਾਂ ਦੀ ਉਹ ਫਿਲਮ ਸੀਗੀ, ਹੈ ਨਾ। ਸੋ ਜਿਮੀ ਜੀ ਦੇ ਨਾਲ ਹੀ ਇਹ ਫਿਲਮ ਤੁਹਾਡੀ ਆ ਰਹੀ, ਇਹਦਾ ਵੀ ਕੋਈ ਖਾਸ ਰੀਜ਼ਨ ਹੈਗਾ? ਇਹ ਜੀ ਇਹੀ ਰੀਜ਼ਨ ਜਿਹੜਾ ਤੁਸੀਂ ਵੀ ਹੁਣ ਦੱਸਿਆ ਸੀਗਾ, ਬਿਕੋਜ਼ ਮੇਰੀ ਫਸਟ ਫਿਲਮ ਮੰਨਤ ਜਿਹੜੀ ਸੀਗੀ, ਮੇਰੀ ਲਾਈਫ ਪਹਿਲੀ ਫਿਲਮ ਜਿਮੀ ਸ਼ੇਰਗਿੱਲ ਦੇ ਨਾਲ ਸੀਗੀ ਜੀ। ਸੋ ਉਹ ਹਿੱਟ ਹੋਈ, ਲੋਕਾਂ ਨੇ ਉਹ ਕੈਮਿਸਟਰੀ ਪਸੰਦ ਕੀਤੀ ਔਨ ਸਕਰੀਨ। ਸੋ ਅਸੀਂ ਫਿਰ ਤੇਰਾ ਮੇਰਾ ਕੀ ਰਿਸ਼ਤਾ ਕੀਤੀ, ਦੈਟ ਬਿਕੇਮ ਲੋਕਾਂ ਨੇ ਉਹ ਵੀ ਬੜੀ ਪਸੰਦ ਕੀਤੀ। ਉਹ ਤੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਅਸੀਂ ਫਿਲਮਾਂ ਕਰੀਏ ਇਕੱਠੇ, ਬਟ ਸਮਹਾਓ ਕਦੀ ਸਕ੍ਰਿਪਟ ਨਹੀਂ, ਕਦੀ ਡੇਟਾਂ ਨਹੀਂ, ਅਗੇਨ ਸਮ ਸਿਚੁਏਸ਼ਨਸ। ਬਟ ਫਿਰ ਜਦੋਂ ਇਹ ਆਈ ਫੋਰ ਸਮ ਰੀਜ਼ਨ, ਅਸੀਂ ਕਿਹਾ ਕਿ ਸਭ ਕੁਛ ਵਰਕ ਆਊਟ ਆਲ ਵੈਲ ਐਂਡ ਦ ਸਬਜੈਕਟ ਇਜ਼ ਵੈਰੀ ਨਾਈਸ, ਸੋ ਅਸੀਂ ਕਿਹਾ ਚਲੋ ਅਸੀਂ ਇਹ ਕਰੀਏ। ਸੋ ਪੀਪਲ ਆਰ ਲਾਈਕਿੰਗ ਦਿਸ ਕੈਮਿਸਟਰੀ, ਲੋਕ ਬੜੇ ਐਕਸਾਈਟ ਹੋ ਗਏ ਹੈ ਕਿ ਤੂੰ ਮੈਂ ਹੋਵਾਂ ਇਜ਼ ਕਮਿੰਗ ਬੈਕ ਅਗੇਨ ਸੋਰਟ ਆਫ ਅ ਕਪਲ। ਸੋ ਬਿਲਕੁਲ ਬਿਲਕੁਲ ਠੀਕ ਹੈ। ਤੇ ਅਗਲੀ ਗੱਲ ਜੇ ਮੈਂ ਕਰਾਂ, ਇਸ ਫਿਲਮ ਦਾ ਸਾਰਾ ਸ਼ੂਟ ਜਿਹੜਾ ਯੂਕੇ ਦੇ ਵਿੱਚ ਹੋਇਆ, ਮਤਲਬ ਕਿ ਤੁਸੀਂ ਕਪਲਸ ਦੀ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਨੋਕ ਝੋਕ ਵੀ ਚੱਲਦੀ ਰਹਿੰਦੀ, ਪਹਿਲਾਂ ਵੀ ਚੱਲਦੀ ਸੀ ਪਰ ਅੱਜ ਵੀ ਚੱਲ ਰਹੀ ਹੈ, ਮੈਨੂੰ ਲੱਗਦਾ ਅੱਜ ਥੋੜੀ ਜ਼ਿਆਦਾ ਹੋਊਗੀ ਸ਼ਾਇਦ। ਸੋ ਇਹ ਸਿਰਫ ਯੂਕੇ ਦੀ ਕਹਾਣੀ ਹੈ, ਯੂਕੇ ਦੇ ਕਪਲਸ ਦੇ ਉੱਤੇ ਫਿਲਮਾਈ ਗਈ ਹੈ, ਜਾਂ ਫਿਰ ਜਿਹੜੇ ਪੰਜਾਬ ਰਹਿੰਦੇ ਨੇ ਜਾਂ ਅਮੈਰੀਕਾ ਦੇ ਵਿੱਚ ਰਹਿੰਦੇ ਨੇ, ਇਹ ਸਾਰਿਆਂ ਦੇ ਉੱਤੇ ਢੁੱਕਦੀ ਹੋਈ ਜਿਹੜੀ ਇਹ ਫਿਲਮ ਆ? ਇਹ ਸਾਰਿਆਂ ਦੀ ਜੀ ਕਹਾਣੀ ਹੈ, ਮੈਂ ਤੇ ਮੈਂ ਆਪ ਕਹਿ ਰਹੀ ਹਾਂ, ਮੈਂ ਜਿਹਨੂੰ ਵੀ ਅੱਜ ਕੱਲ੍ਹ ਫੋਨ ਕਰ ਰਹੀ ਹਾਂ ਇਹ ਤਾਂ ਸਾਡੀ ਕਹਾਣੀ ਹੈ ਜੀ। ਸੋ ਇਹ ਹੈਗੀ ਹੈ ਇੱਕ ਸੈਂਟੀਮੈਂਟ ਜਿਹੜਾ ਹੈਗਾ, ਬੜਾ ਕਾਮਨ ਸੈਂਟੀਮੈਂਟ ਹੈ, ਬਿਕੋਜ਼ ਇਹ ਦੋ ਇਨਸਾਨ ਜਿਹੜੇ ਇਕੱਠੇ ਰਹਿਣ ਲੱਗ ਜਾਂਦੇ ਆ, ਇੱਕ ਐਕਸਪੈਕਟੇਸ਼ਨ ਹੁੰਦੀ ਆ ਵਿਆਹ ਤੋਂ ਪਹਿਲਾਂ ਤੇ ਇੱਕ ਐਕਸਪੈਕਟੇਸ਼ਨ ਹੁੰਦੀ ਆ ਵਿਆਹ ਤੋਂ ਬਾਅਦ। ਸੋ ਉਹ ਕਹਿੰਦੇ ਕਿ ਜਿੱਦਾਂ ਉਹ ਸ਼ੀਸ਼ਾ ਬੜਾ ਸੋਹਣਾ ਲੱਗਦਾ ਪਹਿਲਾਂ, ਫਿਰ ਉਹ ਟੁੱਟ ਜਾਂਦਾ, ਦੈਟ ਇਮੇਜ ਕਾਈਂਡ ਆਫ ਗੈਟਸ ਹੇਜ਼ੀ। ਸੋ ਉਹ ਉਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਨੇ ਅਸੀਂ ਅੱਗੇ ਲੈ ਕੇ ਆਏ ਹਾਂ, ਬੜੀ ਡੇ ਟੂ ਡੇ ਚੀਜ਼ਾਂ ਨੇ, ਛੋਟੀ ਛੋਟੀ ਚੀਜ਼ਾਂ ਨੇ ਜਿਹੜੀ ਯੂ ਨੋ ਇੰਸੀਡੈਂਟਸ ਹੁੰਦੇ ਨੇ। ਸੋ ਉਹ ਚੀਜ਼ਾਂ ਜਦੋਂ ਅਸੀਂ ਵੇਖੀਏ, ਆਪਾਂ ਇਹ ਨਹੀਂ ਕਹਿੰਦੇ ਕਿ ਸਿਰਫ ਸਾਡੇ ਕਲਚਰ 'ਚ ਹੀ ਹੈ, ਉਹ ਬਾਕੀ ਕਲਚਰ 'ਚ ਵੀ ਹੈਗਾ, ਬਾਕੀ ਥੋੜ੍ਹਾ ਜਿਹਾ ਡਿਫਰੈਂਟ ਕਰਦੇ ਹੋਣੇ ਆ, ਪਰ ਸੈਂਟੀਮੈਂਟ ਸੇਮ ਹੁੰਦਾ। ਤੁਸੀਂ ਟ੍ਰੇਲਰ 'ਚ ਵੇਖਿਆ ਹੀ ਹੋਣਾ, ਜਿੱਦਾਂ ਹੁਣ ਅਸੀਂ ਉਹ ਫੋਨ ਬੁੱਕ 'ਤੇ ਆਪਣਾ ਉਹ ਨਾਂ ਚੇਂਜ ਕਰ ਦਿੰਦੇ ਹਾਂ ਇਵੈਂਚੁਅਲੀ ਪੁਆਇੰਟ ਆਫ ਟਾਈਮ। ਸੋ ਆਈ ਥਿੰਕ ਇਹ ਚੀਜ਼ਾਂ ਕਾਮਨ ਨੇ ਆਪਣੀ ਜਨਰੇਸ਼ਨ। ਹੁਣ ਤੁਸੀਂ ਕਹੋ ਅੱਗੇ ਆਉਣ ਵਾਲੀ ਜਨਰੇਸ਼ਨ 'ਚ ਕਿ ਜਿਹੜੇ ਯੰਗਸਟਰ ਉਹ ਕਿਸ ਤਰ੍ਹਾਂ ਇਹ ਪਰਸੀਵ ਕਰਨਗੇ ਮੈਰਿਜਿਸ ਨੂੰ, ਤੇ ਆਈ ਥਿੰਕ ਚੋਕ ਤੇ ਹਮੇਸ਼ਾ ਹੀ ਹੁੰਦੀ ਸੀਗੀ, ਹੁੰਦੀ ਆਈ ਹੈ ਤੇ ਹੁੰਦੀ ਰਹੂਗੀ। ਸੋ ਆਈ ਥਿੰਕ ਇਹਦੇ 'ਚ ਵੀ ਆਪਣਾ ਇੱਕ ਮਜ਼ਾ ਹੈ, ਬਿਕੋਜ਼ ਯੂ ਐਕਸਪਲੋਰ ਮੋਰ ਅਬਾਊਟ ਰਿਲੇਸ਼ਨਸ਼ਿਪਸ ਅਮੰਗਸਟ ਯੋਰਸੈਲਫ। ਸੋ ਇਹ ਹੈਗੀ ਜੀ ਗੱਲ, ਬਾਕੀ ਆਈ ਥਿੰਕ ਇਟਸ ਰਿਲੇਟੇਬਲ ਟੂ ਐਵਰੀਬਡੀ ਹੂ ਇਜ਼ ਮੈਰਿਡ ਔਰ ਹੂ ਇਜ਼ ਔਨ ਦਾ ਵਰਜ ਆਫ ਗੈਟਿੰਗ ਮੈਰਿਡ, ਜਾਂ ਜਿਹੜੇ ਮੈਰਿਜ ਕਰਕੇ ਅੱਗੇ ਨਿਕਲ ਗਏ ਨੇ, ਤੇ ਯੂ ਨੋ ਆਈ ਥਿੰਕ ਇਟਸ ਫੋਰ ਐਵਰੀਬਡੀ। ਹਾਂਜੀ ਹਾਂਜੀ ਹਾਂਜੀ। ਅੱਛਾ ਕੁਲਰਾਜ ਜੀ, ਤੁਸੀਂ ਪੰਜਾਬੀ ਸਿਨੇਮਾ ਦੇਖਦੇ ਰਹਿੰਦੇ ਹੋਵੋਗੇ, ਪੰਜਾਬੀ ਫਿਲਮਾਂ ਬਣਦੀਆਂ, ਪਹਿਲਾਂ ਜਦੋਂ ਤੁਸੀਂ ਮੰਨਤ ਬਣਾਈ ਹੈ ਉਸ ਟਾਈਮ ਦੇ ਉੱਤੇ ਬਹੁਤ ਸਲੋ ਸਪੀਡ ਸੀਗੀ, ਬਹੁਤ ਘੱਟ ਫਿਲਮਾਂ ਬਣਦੀਆਂ ਸੀਗੀਆਂ, ਅੱਜ ਫਿਲਮਾਂ ਬਹੁਤ ਜ਼ਿਆਦਾ ਬਣ ਰਹੀਆਂ ਨੇ, ਤੇ ਉਹਨੇ ਮਤਲਬ ਕਿ ਜਿਹੜਾ ਜਿਹੜੀ ਚੀਜ਼ ਦੇਣੀ ਚਾਹੀਦੀ ਸੀਗੀ ਉਹ ਚੀਜ਼ਾਂ ਹੁਣ ਆ ਨਹੀਂ ਰਹੀਆਂ, ਹੈ ਨਾ, ਮਤਲਬ ਕਿ ਉਹ ਘੱਟ ਚੀਜ਼ਾਂ ਹੋ ਗਈਆਂ, ਲੋਕ ਹੁਣ ਜਾ ਕੇ ਕੋਈ ਕੋਈ ਫਿਲਮ ਦੇਖਦੇ ਆ, ਕੋਈ ਰਹਿਣ ਦਿੰਦੇ ਆ, ਮਤਲਬ ਕਿਵੇਂ ਦੇਖਦੇ ਹੋ ਅੱਜ ਪੰਜਾਬੀ ਸਿਨੇਮਾ ਜਿਹੜਾ ਹੈਗਾ ਉਹ ਕਿੱਥੇ ਕੁ ਖੜਾ ਹੈ? ਦੇਖੋ ਜੀ, ਜਦੋਂ ਅਸੀਂ ਸਟਾਰਟ ਕੀਤਾ ਸੀਗਾ, ਮੈਂ ਆਪਣਾ ਕਰੀਅਰ ਸਟਾਰਟ ਕੀਤਾ, ਉਦੋਂ ਫਿਲਮਾਂ ਪਹਿਲਾਂ ਬਹੁਤ ਜਿਹੜਾ ਇੱਕ ਪੁਰਾਣਾ ਦੌਰ ਸੀਗਾ, ਜਦੋਂ ਓਮ ਪੁਰੀ ਜੀ ਵਗੈਰਾ, ਰਾਜ ਬੱਬਰ ਜੀ ਉਹ ਕਰਦੇ ਸੀ ਸਿਨੇਮਾ ਪੰਜਾਬੀ, ਉਦੋਂ ਬੜਾ ਫਲਰਿਸ਼ ਕਰਦਾ ਸੀ। ਬਟ ਸਮ ਟਾਈਮਸ ਆਈ ਫੀਲ ਕਿ ਜਦੋਂ ਸਾਡੇ ਹਾਲਾਤ ਸਟੇਟ ਦੇ ਥੋੜੇ ਜਿਹੇ ਖਰਾਬ ਹੋਏ ਪੰਜਾਬ 'ਚ, ਉਦੋਂ ਸਿਨੇਮਾ ਬੰਦ ਹੋ ਗਿਆ, ਬਿਕੋਜ਼ ਲੋਕੀ ਸਿਨੇਮਾ ਜਾਣਾ ਬੰਦ ਕਰਕੇ, ਤੋ ਉਸ ਕਰਕੇ ਫਿਲਮਾਂ ਬਣਨੀਆਂ ਬੰਦ ਕਰਤੀਆਂ, ਫਿਰ ਲੋਕੀ ਐਜ਼ ਅ ਬਿਜ਼ਨਸ ਨਹੀਂ ਕਰ ਸਕਦੇ ਸੀ। ਉਹ ਤੋਂ ਬਾਅਦ ਫਿਰ 90s 'ਚ ਰਿਵਾਈਵ ਹੋਇਆ ਸਾਡਾ, ਲੇਟ 90s 'ਚ 2000 'ਚ ਸਿਨੇਮਾ ਰਿਵਾਈਵ ਹੋਇਆ। ਮੰਨਤ ਜੀ ਬਣੀ ਸੀ 2004 'ਚ ਬਣੀ ਸੀ ਫਿਲਮ। ਸੋ ਉਦੋਂ ਫਿਰ ਤੋਂ ਨਵਾਂ ਦੌਰ ਸਟਾਰਟ ਹੋਇਆ, ਹੌਲੇ ਹੌਲੇ ਲੋਕੀ ਫਿਰ ਆਉਣ ਲੱਗ ਗਏ ਸਿਨੇਮਾ ਹਾਲਾਂ 'ਚ ਵਿਦ ਫੈਮਲੀ, ਸੇਫ ਲੱਗੀਆਂ ਉਹਨਾਂ ਨੂੰ ਕਿ ਅਸੀਂ ਫੈਮਲੀ ਨੂੰ ਲੈ ਕੇ ਜਾ ਸਕਦੇ ਹਾਂ ਵੇਖਣ ਲਈ ਫਿਲਮਾਂ। ਸੋ ਉਦੋਂ ਟ੍ਰੈਂਡ ਵੱਧ ਗਿਆ, ਪਲੱਸ ਸਾਡੀ ਜਿਹੜੀ ਕਮਿਊਨਿਟੀ ਜਿਹੜੀ ਬਾਹਰ ਦੇਸ਼ਾਂ 'ਚ ਸੀਗੀ, ਉਹ ਕਹਿੰਦੇ ਨਹੀਂ ਸਾਨੂੰ ਆਪਣੇ ਕਲਚਰ ਰਿਵਾਈਵ ਕਰਨਾ ਹੈ, ਸਾਨੂੰ ਆਪਣੇ ਜਿਹੜੇ ਅੱਗੇ ਜਨਰੇਸ਼ਨ ਹੋ ਰਹੀ ਆ ਉਹਨਾਂ ਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਪੰਜਾਬ ਕੀ ਹੈਗਾ। ਸੋ ਦੈਟ ਇਜ਼ ਦਾ ਇੰਟਰਸਟ ਵੈਨ ਇਟ ਡਿਵੈਲਪਡ। ਅਤੇ ਹੁਣ ਮੈਂ ਦੇਖਦੀ ਹਾਂ ਕਿ ਫਿਲਮਾਂ 'ਤੇ ਮਤਲਬ ਇੰਨੀਆਂ ਬਣ ਰਹੀਆਂ ਨੇ, ਫਲਰਿਸ਼ ਹੋ ਰਿਹਾ ਇੰਡਸਟਰੀ, ਸਾਡੇ ਸਿਰਫ ਆਰਟਿਸਟ ਹੀ ਨਹੀਂ ਵੱਧ ਰਹੇ ਬਟ ਪ੍ਰੋਡਿਊਸਰਸ ਆ ਗਏ ਨੇ, ਯੂ ਨੋ ਸੋ ਮੈਨੀ ਇਸ ਮਾਰਕੀਟ 'ਚ। ਸੋ ਆਈ ਥਿੰਕ ਇਟ ਇਟਸ ਵੈਰੀ ਨਾਈਸ ਇੰਟਰਸਟਿੰਗ ਕਿ ਸਬਜੈਕਟਸ ਵੀ ਬਹੁਤ ਵਧੀਆ ਆ ਰਹੇ ਨੇ,
ਕਈ ਮਤਲਬ ਹਰ ਇੱਕ ਦਾ ਇੰਟਰਸਟ ਲੈਵਲ ਕਦੀ ਕਦੀ ਸਾਨੂੰ ਵੇਖਣਾ ਪੈਂਦਾ ਹੈ ਬਿਕੋਜ਼ ਇੱਕ ਇੱਕ ਪਹਿਲਾਂ ਸੈਂਟੀਮੈਂਟ ਹੁੰਦਾ ਸੀ ਕਿ ਸਿਰਫ ਪੰਜਾਬ ਦੀ ਬੇਸਡ ਹੋਵੇ ਸਟੋਰੀ ਹੁਣ ਫਿਰ ਇੱਕ ਦੌਰ ਆਇਆ ਜਦੋਂ NRI ਸਟੋਰੀਜ਼ ਬਹੁਤ ਵਧੀਆ ਸੀਗੀ ਹੁਣ ਪੂਰੀ ਸਟੋਰੀ ਬਾਹਰਲੇ ਦੇਸ਼ਾਂ 'ਚ ਅਸੀਂ ਸੈਟਅਪ ਕਰ ਦਿੰਦੇ ਹਾਂ ਸੋ ਉਹ ਟਾਈਮ ਦੇ ਹਿਸਾਬ ਨਾਲ ਆਈ ਥਿੰਕ ਮਾਰਕੀਟ ਵੀ ਵੱਡੀ ਹੋ ਗਈ ਹੈ ਵਿਊਅਰਸ ਹੋ ਗਈ ਹੈ ਲੋਕੀ ਬਾਹਰ ਹੁਣ ਜਿੱਦਾਂ ਕੈਨੇਡਾ ਹੈਗਾ UK ਆਸਟ੍ਰੇਲੀਆ ਵਗੈਰਾ ਸਾਰੇ ਜਾਣਾ ਚਾਹੁੰਦੇ ਆਫਟਰ ਕੋਵਿਡ ਆਲਸੋ ਸਾਰੇ ਹੁਣ ਬੋਰ ਹੋ ਗਏ ਬਹਿ ਬਹਿ ਕੇ ਤੇ ਉਹ ਕਹਿੰਦੇ ਕਿ ਹੁਣ ਅਸੀਂ ਸਿਨੇਮਾ 'ਚ ਜਾਈਏ ਯੂ ਨੋ ਟੂ ਐਕਸਪਲੋਰ ਮੋਰ ਤੁਸੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਫਿਲਮ ਮਤਲਬ ਲੋਕੀ ਸਿਲੈਕਟਿਵ ਹੋ ਗਏ ਨੇ ਬਿਕੋਜ਼ ਪਹਿਲਾਂ ਆਉਂਦੀ ਸੀਗੀ ਜੀ ਫਿਲਮਾਂ ਤਿੰਨ ਮਹੀਨਿਆਂ ਬਾਅਦ ਇੱਕ ਫਿਲਮ ਆਈ ਪੰਜਾਬੀ ਦੀ ਚਾਹੀਦੀ ਫਿਰ ਲੋਕੀ ਕਹਿੰਦੇ ਸੀ ਅਸੀਂ ਦੇਖੀਏ ਹੁਣ ਜਦੋਂ ਹਰ ਵੀਕਐਂਡ ਤੇ ਦੋ ਦੋ ਤਿੰਨ ਤਿੰਨ ਆ ਰਹੀਆਂ ਨੇ ਸੋ ਆਈ ਬਿਲੀਵ ਕਿ ਕੰਟੈਂਟ ਜਿਹੜਾ ਆ ਉਹ ਹੀ ਰੂਲ ਕਰੂਗਾ ਬਿਕੋਜ਼ ਤੁਸੀਂ ਆਡੀਅੰਸ ਇਹ ਨਹੀਂ ਕਹਿ ਸਕਦੇ ਕਿ ਸਾਰੀ ਫਿਲਮਾਂ ਦੇਖਣ ਜਾਓ ਬਟ ਓਬਵੀਅਸਲੀ ਜਿਹੜੀ ਚੰਗੀਆਂ ਫਿਲਮਾਂ ਨੇ ਜਿਹੜੀ ਕੰਟੈਂਟ ਵਧੀਆ ਹੈ ਇੰਟਰਸਟਿੰਗ ਹੈ ਉਹ ਫਿਲਮਾਂ ਲੋਕੀ ਦੇਖਣ ਜਾਣਗੇ ਬਟ ਮੈਨੂੰ ਬੜੀ ਖੁਸ਼ੀ ਹੈ ਕਿ ਲੋਕੀ ਜਾ ਰਹੇ ਆ ਦੁਬਾਰਾ ਕੋਵਿਡ ਤੋਂ ਬਾਅਦ ਜਿਹਨੂੰ ਜਦੋਂ ਸਾਨੂੰ ਲੱਗਿਆ ਸੀ ਨਹੀਂ ਉਹ ਜਾਣਾ ਨਹੀਂ ਚਾਹੁੰਦੇ ਬਟ ਆਈ ਥਿੰਕ ਦੇ ਆਰ ਆਲ ਇੰਟਰਸਟਿਡ ਟੂ ਗੋ ਬੈਕ ਅਗੇਨ ਟੂ ਦੀ ਥੀਏਟਰਸ ਜੀ 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 ਵਾਕਈ ਬਿਲਕੁਲ ਜੀ ਤੂੰ ਹੋਵੇ ਮੈਂ ਹੋਵਾਂ ਮੈਨੂੰ ਲੱਗਦਾ ਕਿ ਇਹਨੂੰ ਲੈ ਕੇ ਪੂਰੀ ਦੁਨੀਆਂ ਦੇ ਵਿੱਚ ਜਿਹੜੇ ਪੰਜਾਬੀ ਨੇ ਜਾਂ ਫਿਰ ਨੌਨ ਪੰਜਾਬੀ ਨੇ ਉਸ ਤੋਂ ਬਾਅਦ ਸਾਡੇ ਲਹਿੰਦੇ ਪੰਜਾਬ ਦੇ ਜਿਹੜੇ ਪੰਜਾਬੀ ਹੈਗੇ ਆ ਸੋ ਸਾਰੇ ਬਹੁਤ ਐਕਸਾਈਟਡ ਨੇ ਜਦੋਂ ਆਪਾਂ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤੁਹਾਡਾ ਟ੍ਰੇਲਰ ਦੇਖਦੇ ਹਾਂ ਉਹਦੇ ਵਿਊਜ਼ ਦੇਖਦੇ ਹਾਂ ਕਮੈਂਟਸ ਦੇਖਦੇ ਹਾਂ ਸੋ ਬਹੁਤ ਲੋਕ ਇਹ ਚਾਹੁੰਦੇ ਨੇ ਕਿ ਆਪਾਂ ਜਲਦ ਤੋਂ ਜਲਦ ਜਾਈਏ ਥੀਏਟਰਾਂ ਦੇ ਵਿੱਚ ਸੋ ਜਾ ਕੇ ਇਹ ਫਿਲਮ ਨੂੰ ਦੇਖੀਏ ਤੇ ਫਿਰ ਆਨੰਦ ਮਾਣੀਏ ਸੋ ਦੇਖੀਏ ਉਹਦਾ ਕੀ ਕੀ ਫੀਡਬੈਕ ਕਿੱਦਾਂ ਦੀ ਆਉਂਦੀ ਹੈ ਉਹ ਤਾਂ ਆਪਾਂ ਦੇਖਾਂਗੇ ਖੁਦ ਜਾਵਾਂਗੇ ਅਸੀਂ ਥੀਏਟਰ ਦੇ ਵਿੱਚ ਲੋਕਾਂ ਦੀ ਫੀਡਬੈਕ ਲੈਣ ਅੱਛਾ ਜਦੋਂ ਹੁਣ ਆਪਾਂ ਇਸ ਫਿਲਮ ਦੀ ਗੱਲ ਕਰਦੇ ਹਾਂ ਸ਼ੂਟ ਇੱਥੇ ਹੁੰਦਾ ਹੈ ਮਤਲਬ ਕਿ UK ਦੇ ਵਿੱਚ ਹੁੰਦਾ ਤੁਹਾਡੇ ਕੋ ਆਰਟਿਸਟ ਜਿਹੜੇ ਨਾਲ ਹੈਗੇ ਆ ਸੱਜਣ ਅਦੀਬ ਆ ਉਸ ਤੋਂ ਬਾਅਦ ਦਿਲਬਰ ਆ ਰਿਹਾ ਜਿਮੀ ਸ਼ੇਰਗਿੱਲ ਸੋ ਉਸ ਵੇਲੇ ਦੀਆਂ ਕੋਈ ਯਾਦਾਂ ਤੁਸੀਂ ਤਾਜ਼ੀਆਂ ਕਰਨੀਆਂ ਚਾਹੋ ਸਾਡੇ ਨਾਲ ਮਤਲਬ ਕਿ ਕਿਸ ਤਰ੍ਹਾਂ ਦਾ ਉਹ ਮੋਮੈਂਟ ਸੀਗਾ ਜਦੋਂ ਤੁਸੀਂ ਸ਼ੂਟ ਕਰ ਰਹੇ ਸੀ ਕੀ ਤੁਸੀਂ ਫੀਲ ਕਰਦੇ ਸੀਗੇ ਮਤਲਬ ਉਹ ਉਸ ਵੇਲੇ ਦਾ ਕੋਈ ਜਿਹੜਾ ਮੰਜ਼ਰ ਹੋਵੇ ਸੋ ਪਹਿਲਾਂ ਤਾਂ ਮੈਂ ਦੱਸੂਗੀ ਜੀ ਆਡੀਅੰਸ ਨੂੰ ਕਿ ਅਸੀਂ ਸਕਰੀਨ ਤੇ ਜਿਹੜੇ ਦੇਖਦੇ ਹਾਂ ਜਿੰਨੇ ਆਰਟਿਸਟ ਹੈਗੇ ਆ ਇਸ ਫਿਲਮ 'ਚ ਉਹਨਾਂ ਤੋਂ ਪਿੱਛੇ ਜਿਹੜੀ ਟੀਮ ਹੁੰਦੀ ਹੈ ਉਹ ਬਹੁਤ ਵੱਡੀ ਟੀਮ ਹੁੰਦੀ ਹੈ ਸੋ ਮੈਂ I would like to mention these people ki jinna ne a concept leke aaye pehla te sade kol so eh sade producer ne Harry Pannu ji from Canada Intact Films te very filmy production India to jinna ne concept perceive kita jehde producers ne Vakil Singh sade director ne bade able director ne oh manji de naal unhone kaafi film assist kiti hai vi kar rahe hai so this is his first film Banender sade DOP sige ਸੀਗੇ ਬਾਕੀ ਬੜੀ ਸਾਡੀ ਯੂਨਿਟ ਬਹੁਤ ਵਧੀਆ ਜਿਹੜੀ UK ਵਿੱਚ ਸਾਡੇ ਨਾਲ ਜੁੜੀ ਸੀਗੀ ਵੈਰੀ ਟੈਲੈਂਟਡ ਪੀਪਲ ਤੇ ਜਿਹੜੇ ਸਕਰੀਨ ਦੇ ਸਾਹਮਣੇ ਨੇ ਉਹ ਮੈਂ ਦੱਸੂਗੀ ਤੁਹਾਨੂੰ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕੁਛ ਜਿਮੀ ਜੀ ਹੈਗੇ ਨੇ ਦਿਲਬਰ ਆ ਰਿਹਾ ਸੱਜਣ ਅਦੀਬ ਨੇ ਬਹੁਤ ਵਧੀਆ ਸਿੰਗਰ ਨੇ ਉਦੋਂ ਇਹ ਬਡਿੰਗ ਸਿੰਗਰ ਸੀਗੇ ਕਿਉਂਕਿ ਸਾਡੀ ਫਿਲਮ ਅਬਾਊਟ 1.5 ਸਾਲ ਪਹਿਲਾਂ ਸ਼ੂਟ ਹੋਈ ਸੀਗੀ ਅਬਾਊਟ ਕੋਵਿਡ ਅਰਾਊਂਡ ਦੈਟ ਪੁਆਇੰਟ ਆਫ ਟਾਈਮ ਸੋ ਹੀ ਇਜ਼ ਫਲਰਿਸ਼ਡ ਵੈਰੀ ਵੈਰੀ ਨਾਈਸਲੀ ਸੀਮਾ ਕੌਸ਼ਲ ਜੀ ਦੀ ਉਹ ਉੱਥੇ ਹਰੇਕ ਬੰਦਾ ਜਾਣਦਾ ਉਹਨਾਂ ਨੂੰ ਬਹੁਤ ਵਧੀਆ ਅਨੀਤਾ ਦੇਵਗਨ ਨੇ ਉਹ ਬੜੀ ਟੈਲੈਂਟਡ ਐਕਟਰੈਸ ਨੇ ਸੋ ਵੀ ਹੈਡ ਅ ਵੈਰੀ ਗੁੱਡ ਟੀਮ ਇਸ ਜਿਹੜੇ ਕੰਮ ਕਰ ਰਹੇ ਸੀਗੇ ਬਹੁਤ ਵਧੀਆ ਲੱਗਿਆ ਜੀ ਸ਼ੂਟ ਕਰਕੇ ਲੰਡਨ ਇਜ਼ ਵਨ ਆਫ ਮਾਈ ਫੇਵਰਿਟ ਕੀ ਬਾਤ ਹੈ ਅੱਛਾ ਜੀ ਫੈਮਿਲੀ ਹੈਗੀ ਹੈ ਤੇ ਉੱਥੇ ਥੋੜਾ ਜਿਹਾ ਇੱਕ ਕਨੈਕਸ਼ਨ ਕਾਫੀ ਦੇਰ ਦਾ ਸਾਡਾ ਜੁੜਿਆ ਹੋ ਗਿਆ ਲੰਡਨ ਤੋਂ ਬਰਮਿੰਗਮ ਸਪੈਸ਼ਲੀ ਅਸੀਂ ਜਦੋਂ ਉੱਥੇ ਸ਼ੂਟ ਕਰ ਰਹੇ ਸੀਗੇ ਅਫਕੋਰਸ ਦ ਵੈਦਰ ਵਾਜ ਵੈਰੀ ਬਿਊਟੀਫੁਲ ਸਾਨੂੰ ਲੱਕੀਲੀ ਨਾ ਉੱਥੇ ਜ਼ਿਆਦਾ ਗਰਮੀ ਸੀ ਨਾ ਤਾਂ ਠੰਡ ਸੀ ਪਰ ਇੱਕਦਮ ਜਦੋਂ ਠੰਡ ਹੋ ਗਈ ਤੇ ਮੈਨੂੰ ਹੁਣ ਜਦੋਂ ਸੌਂਗ ਸ਼ੂਟ ਕਰਨਾ ਪਿਆ ਯੂ ਨੋ ਸ਼ਿਫੋਨ ਦੇ ਲਹਿੰਗੇ ਪਾ ਕੇ ਤੇ ਉਦੋਂ ਤੇ ਫਿਰ ਜਿਹੜੇ ਸਾਡੇ ਹੀਰੋ ਸਾਹਿਬ ਸੀ ਉਹਨੇ ਤੇ ਕਹਿਤਾ ਅਸੀਂ ਸਵੈਟਰ ਤੇ ਜੈਕਟਾਂ ਪਾ ਲੈਣੀਆਂ ਨੇ ਬਾਕੀ ਤੁਹਾਡਾ ਕੰਮ ਹੈ ਤੁਸੀਂ ਕੀ ਕਰੋ ਵਿਚਾਰਾ ਪਾਰਟ ਆਫ ਦ ਫਿਲਮ ਬੜਾ ਬਟ ਵਧੀਆ ਲੱਗਿਆ ਬਟ ਸਾਡੀ ਹਾਰਡਸ਼ਿਪਸ ਵੀ ਆਉਂਦੀਆਂ ਨੇ ਕਈ ਵਾਰੀ ਫਿਲਮ ਜਦੋਂ ਆਉਂਦੀਆਂ ਨੇ ਕਈ ਵਾਰੀ ਯੂ ਨੋ ਕੋਈ ਕਦੀ ਵੈਦਰ ਖਰਾਬ ਹੋ ਗਿਆ ਕਦੀ ਕੋਈ ਬਿਮਾਰ ਹੋ ਗਿਆ ਕੋਈ ਆਰਟਿਸਟ ਬਿਮਾਰ ਹੋ ਗਿਆ ਕੋਈ ਟੈਕਨੀਸ਼ੀਅਨ ਬਿਮਾਰ ਹੋ ਗਏ ਜਾਂ ਕਿਸ ਤਰ੍ਹਾਂ ਦੀ ਕੋਈ ਹਿੱਚ ਆ ਗਈ ਕਈ ਵਾਰੀ ਗਲਿਚ ਤਾਂ ਆ ਜਾਂਦੀਆਂ ਨੇ ਪਰ ਉਹ ਕਹਿੰਦੇ ਆ ਇੱਕ ਸਾਡੀ ਇੰਡਸਟਰੀ ਚ ਲਾਈਨ ਹੈ ਦ ਸ਼ੋ ਮਸਟ ਗੋ ਔਨ ਸੋ ਅਸੀਂ ਕਦੀ ਵੀ ਕੁਝ ਨਹੀਂ ਸਕਦੇ ਕਿਉਂਕਿ ਪ੍ਰੋਡਿਊਸਰਸ ਨੇ ਆਪਣਾ ਹਾਰਡ ਅਰਨ ਪੈਸਾ ਲਾਇਆ ਹੁੰਦਾ ਉਦੋਂ
ਤੇ ਉਹਨਾਂ ਦਾ ਵੀ ਖਰਚਾ ਹਰਜ਼ਾ ਨਹੀਂ ਕਰਾ ਸਕਦੇ ਸੋ ਇਟਸ ਆਲਵੇਸ ਟੀਮ ਵਰਕ ਜਿਹੜੀ ਲਾ ਕੇ ਸਾਰੇ ਕੰਮ ਕਰਦੇ ਨੇ ਸੋ ਪਰ ਜਦੋਂ ਸਾਡਾ ਪੂਰਾ ਹੁੰਦਾ ਜਦੋਂ ਫਲ ਮਿਲਦਾ ਜਦੋਂ ਇਹ ਫਿਲਮ ਲੱਗਦੀ ਹੈ ਆਡੀਅੰਸ ਕਹਿੰਦੀਆਂ ਨੇ ਜੀ ਇਹ ਬੜੀ ਸੋਹਣੀ ਫਿਲਮ ਬਣੀ ਹੈ ਯੂ ਨੋ ਦੈਟ ਦੈਟ ਐਵਰੀਵਨਸ ਵੈਰੀ ਵਰਕ ਵੈਰੀ ਹਾਰਡ ਸੋ ਜੀ 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 ਬਿਲਕੁਲ ਬਿਲਕੁਲ ਅੱਛਾ ਮੇਰਾ ਅਗਲਾ ਸਵਾਲ ਜਿਹੜਾ ਹੈਗਾ ਇੱਕ ਗੀਤ ਤੁਹਾਡਾ ਜਿਹੜਾ ਤੂੰ ਹੋਵੇ ਮੈਂ ਹੋਵਾਂ ਨਾ ਉਹ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਉਹ ਅੱਜ ਵੀ ਚੱਲਦਾ ਹੈ ਤੇ ਉਹ ਸ਼ਾਇਦ ਚੱਲੀ ਜਾਣਾ ਇਸ ਫਿਲਮ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਤੁਸੀਂ ਦੇਣ ਜਾ ਰਹੇ ਹੋ ਜੋ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਚੱਲਦਾ ਜਾਊਗਾ ਸੋ ਸਾਡੇ 뮤직 ਬੜਾ ਵਧੀਆ ਜੀ ਥੋੜਾ ਹਟ ਕੇ ਹੈ ਬਿਕੋਜ਼ ਇੱਕ ਟਿਪੀਕਲ ਪੰਜਾਬੀ ਜਿਹੜੀ ਰਿਦਮ ਹੁੰਦੀ ਹੈ ਉਹ ਤੇ ਹੁੰਦੀ ਹੈ ਕਾਫੀ ਫਿਲਮਾਂ 'ਚ ਅਸੀਂ ਵੇਖਦੇ ਹਾਂ ਇਹਦੇ 'ਚ ਵੀ ਇੱਕ ਸੌਂਗ ਲੰਡਨ ਦੇ ਬੇਸਡ ਹੈਗਾ ਜਿਹੜਾ ਅਸੀਂ ਇੱਕ ਵਿਆਹ ਦਾ ਸੌਂਗ ਹੈਗਾ ਦੈਟ ਇਜ਼ ਅ ਵੈਰੀ ਵੈਰੀ ਇੰਟਰਸਟਿੰਗ ਸੌਂਗ ਪਰ ਉਹ ਤੋਂ ਇਲਾਵਾ ਬਿਕੋਜ਼ ਮੈਂ ਤੇ ਜਿਮੀ ਨੇ ਰੋਮੈਂਸ ਥੋੜ੍ਹਾ ਜਿਹਾ ਅਸੀਂ ਇੱਕ ਉਹਦਾ ਐਂਗਲ ਥੋੜ੍ਹਾ ਹਾਈਲਾਈਟ ਕੀਤਾ ਹੈ ਸੋ ਤੇਰੇ ਬਿਨ ਜਿਹੜਾ ਇੱਕ ਗਾਣਾ ਹੈਗਾ ਉਹ ਫਿਰੋਜ਼ ਨੇ ਗਾਇਆ ਹੈ ਅਤੇ ਜਸਪਿੰਦਰ ਨਰੂਲਾ ਜੀ ਨੇ ਗਾਇਆ ਹੈ ਬਹੁਤ ਵਧੀਆ ਗਾਣਾ ਹੈ ਬੜਾ ਪਸੰਦ ਆ ਰਿਹਾ ਲੋਕਾਂ ਨੂੰ ਸੋ ਦੋਜ਼ ਆਰ ਦ ਸੌਂਗਸ ਵਿੱਚ 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 ਆਈ ਰੀਲੀ ਲਾਈਕ ਪਰਸਨਲੀ ਐਂਡ ਜਿਹੜੇ ਵਧੀਆ ਵੀ ਲੱਗ ਰਹੇ ਹੈ ਸੋ 뮤직 ਵੀ ਬੜਾ ਵਧੀਆ ਜੀ ਇਸ ਦਾ ਹਲਕਾ ਫੁਲਕਾ ਹੈ ਬਟ ਐਜ਼ ਆਈ ਸੈਡ ਕਿ ਇੱਕ ਔਨ ਸਕਰੀਨ ਸਾਡੀ ਕੈਮਿਸਟਰੀ ਦਿਮਾਗ 'ਚ ਰੱਖ ਕੇ ਗਾਣੇ ਵੀ ਬਣਾਏ ਗਏ ਹੈ ਸੋ ਵਧੀਆ ਲੱਗ ਰਹੀ ਜੀ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਗੁਰਰਾਜ ਜੀ ਮੈਂ ਇਹ ਸਵਾਲ ਜਿਹੜਾ ਹੈਗਾ ਅਖੀਰ ਲਾ ਕੇ ਸਾਡੀ ਆਡੀਅੰਸ ਆ ਹੁਣ ਦੁਨੀਆਂ ਦੇ ਵਿੱਚ ਬੈਠੀ ਹੋਈ ਹੈ ਉਹਨਾਂ ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਦਾ ਸਿਨੇਮਾ ਉਹ ਦੇਖਣ ਇਹ ਇਸ ਫਿਲਮ ਨੂੰ ਕਿਉਂ ਦੇਖਣ ਜਾਣ ਤੁਹਾਡੀ ਜਿਹੜੀ ਤੂੰ ਹੋਵੇ ਮੈਂ ਹੋਵਾਂ ਜੋ ਰਿਲੀਜ਼ ਹੋ ਰਹੀ ਹੈ 10 ਤਰੀਕ ਨੂੰ ਸੋ ਕਿਉਂ ਦੇਖਣ ਜਾਣ ਕੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਵੀ ਆਪਣੇ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਵੀ ਭਾਈ ਆਹ ਚੀਜ਼ ਬਣੂਗੀ ਤਾਂ ਵਧੀਆ ਸਿਨੇਮਾ ਵੀ ਅੱਗੋਂ ਲੈ ਕੇ ਆਉਣਗੇ ਪ੍ਰੋਡਿਊਸਰ ਵੀ ਪੈਸੇ ਲਾਉਣਗੇ ਡਾਇਰੈਕਟਰ ਵੀ ਫਿਲਮਾਂ ਕਰਨਗੇ ਕਨਸੈਪਟ ਵੀ ਵਧੀਆ ਆਉਣਗੇ ਸੋ ਇਹਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਇੰਪੋਰਟੈਂਟ ਗੱਲ ਕਿਉਂ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਫਿਲਮ ਕਿਉਂਕਿ ਮੈਂ ਇਹਦੇ 'ਚ ਬਿਲਕੁਲ ਬਿਲਕੁਲ ਇਹ ਤਾਂ ਹੋ ਗਿਆ ਸਭ ਤੋਂ ਵੱਡਾ ਕਾਰਨ ਇਹ ਆ ਸਭ ਤੋਂ ਵੱਡਾ ਕਾਰਨ ਇਹ ਹੈ ਅਲਾਵਾ ਜਿਹੜਾ ਫਿਲਮ ਦਾ ਸਬਜੈਕਟ ਹੈ ਜੀ ਉਹ ਬੜਾ ਹੀ ਇੱਕ ਫੈਮਿਲੀ ਸਬਜੈਕਟ ਹੈ ਬਿਕੋਜ਼ ਐਜ਼ ਮੈਂ ਤੁਹਾਨੂੰ ਦੱਸਿਆ ਕਿ ਹਰ ਘਰ 'ਚ ਇਹੋ ਜਿਹੀ ਨੋਕ ਝੋਕ ਹੁੰਦੀ ਹੈ ਅਸੀਂ ਇਹ ਥੋੜ੍ਹਾ ਜਿਹਾ ਹਸਬੈਂਡ ਵਾਈਫ 'ਤੇ ਜ਼ਿਆਦਾ ਫੋਕਸ ਕੀਤਾ ਹੈ ਯੂ ਨੋ ਮੋਰ ਦੈਨ ਕੈਰੇਕਟਰਸ ਬਿਕੋਜ਼ ਅਸੀਂ ਦੇਖਦੇ ਹਾਂ ਕਿ ਜਦੋਂ ਸਾਡੀ ਫਿਲਮਾਂ ਬਣ ਰਹੀਆਂ ਨੇ ਅਤੇ ਅਸੀਂ ਸਿਰਫ ਉਹ ਹੀਰੋ ਨੂੰ ਹੀਰੋ ਦੀ ਤਰ੍ਹਾਂ ਦਿਖਾ ਕੇ ਅਤੇ ਉਹਨੇ ਪਤਾ ਨਹੀਂ ਇੱਥੋਂ ਛਾਲ ਮਾਰੀ ਜੀ ਪੂਰੀ ਬਿਲਡਿੰਗ ਹੀਰੋਇਨ ਨੇ ਉਹ ਕਰਤਾ ਸੋ ਉਹ ਥੋੜ੍ਹਾ ਜਿਹਾ ਇਹ ਥੋੜ੍ਹੀ ਰਿਅਲਿਜ਼ਮ ਦਿਖਾਈ ਹੈ ਇਸ ਫਿਲਮ 'ਚ ਕਿ ਬਈ ਆਹ ਹੁੰਦਾ ਜਿਹੜੇ ਘਰਾਂ 'ਚ ਰੋਜ਼ ਰੋਜ਼ ਸਾਡੇ ਹੁੰਦੇ ਹੈ ਜਦੋਂ ਬੱਚੇ ਵੀ ਹੁੰਦੇ ਹੈ ਉਸ ਫੈਮਿਲੀ 'ਚ ਉਹ ਕਿਸ ਤਰ੍ਹਾਂ ਡਾਇਨਾਮਿਕਸ ਹੁੰਦੇ ਹੈ ਮੋਹਰੇ ਵਿੱਚ ਪੈ ਜਾਂਦੇ ਆ ਉਦੋਂ ਕਦੋਂ ਕੀ ਹੁੰਦਾ ਸੋ ਯੂ ਨੋ ਇਟਸ ਅ ਨਾਈਸ ਫਿਲਮ ਇਟਸ ਅ ਸਵੀਟ ਫਿਲਮ ਬਾਕੀ ਸਾਡੀ ਆਡੀਅੰਸ ਬੜੀ ਇੰਟੈਲੀਜੈਂਟ ਹੈ ਜੀ ਉਹਨਾਂ ਨੂੰ ਵੇਖ ਕੇ ਉਹ ਟੇਸਟ ਪਤਾ ਚੱਲ ਜਾਂਦਾ ਕਿ ਕਿਹੜੀ ਚੀਜ਼ ਉਹ ਤੇ ਯੂ ਨੋ ਉਹਨਾਂ ਨੂੰ ਦੇਖਣੀ ਹੈ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਹੀ ਕਰ ਸਕਦੇ ਹਾਂ ਕਿ ਤੁਸੀਂ ਜਾ ਕੇ ਇਹ ਵੇਖ ਕੇ ਆਓ ਬਿਕੋਜ਼ ਅਸੀਂ ਨਿਰਾਸ਼ ਨਹੀਂ ਕਰਾਂਗੇ ਕਮ ਸੇ ਕਮ ਇਹ ਸਾਨੂੰ ਪਤਾ ਕਿ ਇੰਨੀ ਚਿਰ ਬਾਅਦ ਅਸੀਂ ਵੀ ਆ ਰਹੇ ਹਾਂ ਔਨ ਸਕਰੀਨ ਸੋ ਸਰਟਨ ਐਕਸਪੈਕਟੇਸ਼ਨ ਹੁੰਦੀ ਹੈ ਜੀ ਐਕਟਰਾਂ ਤੋਂ ਵੀ ਕਿ ਇਹ ਕਿਸ ਤਰ੍ਹਾਂ ਦਾ ਕੰਮ ਕਰਨਗੇ ਸੋ ਹੋਪਫੁਲੀ ਦੇ ਵਿਲ ਲਾਈਕ ਆ ਫਿਲਮ ਤੇ ਬਸ ਇਸੇ ਤਰ੍ਹਾਂ ਜੀ ਇਨਕਰੇਜਮੈਂਟ ਮਿਲਦੀ ਰਹਿੰਦੀ ਹੈ ਆਡੀਅੰਸ ਸਾਨੂੰ ਵੀ ਫਿਰ ਹਿੰਮਤ ਮਿਲਦੀ ਰਹਿੰਦੀ ਹੈ ਕਿ ਸਿਰਫ ਹੋਰ ਵੀ ਵਧੀਆ ਫਿਲਮਾਂ ਤੇ ਸਬਜੈਕਟ ਕਰੀਏ ਜੀ ਜੀ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਕੁਲਰਾਜ ਨੂੰ ਪੰਜਾਬੀ ਦੇਖਦੇ ਰਹਿਣਗੇ ਹੁਣ ਕਿ ਫਿਰ ਤੁਸੀਂ ਕੋਈ ਵਕਫਾ ਪਾਓਗੇ ਤਾਂ ਫਿਰ ਉਸ ਤੋਂ ਬਾਅਦ ਫਿਰ ਤੁਹਾਡੀ ਕੋਈ ਫਿਲਮ ਆਊਗੀ ਨਹੀਂ ਜੀ ਹੋਪਫੁਲੀ ਹੁਣ ਇਹ ਜਿਹੜਾ ਪਹੀਆ ਹੈ ਇਹ ਚੱਲਦਾ ਰਹੂਗਾ ਐਂਡ ਮੇਰਾ ਐਸਾ ਕਦੀ ਜੀ ਬ੍ਰੇਕ ਮੈਂ ਕਦੀ ਨਹੀਂ ਲਈ ਬਟ ਇਟਸ ਲਾਈਕ ਐਸ ਆਈ ਸੈਡ ਕਿ ਆਈ ਕੀਪ ਕਮਿੰਗ ਐਂਡ ਗੋਇੰਗ ਐਂਡ ਰੀਇਨਵੈਂਟਿੰਗ ਮਾਈ ਸੈਲਫ ਕਿ ਕਈ ਵਾਰ ਇਹ ਆਪਾਂ ਸੋਚਾਂ 'ਚ ਵੀ ਪੈ ਜਾਂਦੇ ਹਾਂ ਕਿ ਹੁਣ ਕੀ ਕਰਨਾ ਚਾਹੀਦਾ ਨਵਾਂ ਚੀਜ਼ ਤੇ ਉਹ ਆਈ ਲੁੱਕ ਫੋਰ ਗੁੱਡ ਸਕ੍ਰਿਪਟਸ ਆਈ ਲੁੱਕ ਐਟ ਕੈਰੇਕਟਰਸ ਜਿਹੜੇ ਨੈਚੁਰਲ ਰਹਿਣ ਜਿਹੜੇ ਰਿਲੇਟ ਸੀਰੀਅਸ ਵੀ ਫਿਲਮਾਂ ਕੀਤੀਆਂ ਇਸ ਤੋਂ ਪਹਿਲਾਂ ਮੈਂ ਨਿਧੀ ਸਿੰਘ ਕੀਤੀ ਸੀਗੀ ਲੋਕਾਂ ਨੇ ਉਹ ਵੀ ਬੜਾ ਪਸੰਦ ਕੀਤੀ ਕਾਫੀ ਐਕਸ਼ਨ ਸੀਗਾ ਇੱਕ ਵੁਮਨ ਓਰੀਐਂਟਡ ਸਬਜੈਕਟ ਸੀਗਾ ਇਹ ਐਂਟਰਟੇਨਿੰਗ ਹੈਗਾ ਰੋਮਾਂਟਿਕ ਹੈਗਾ ਸੋ ਮੈਨੂੰ ਕਾਫੀ ਸਕ੍ਰਿਪਟਸ ਆਫਰ ਹੁੰਦੀਆਂ ਨੇ ਇਨਫੈਕਟ ਮੈਂ ਵੀ ਹੁਣ ਤੁਹਾਡੇ ਜ਼ਰੀਏ ਵੀ ਇਹ ਕਹਿਣਾ ਚਾਹਾਂਗੀ ਕਿ ਜਿਹੜੇ ਪ੍ਰੋਡਿਊਸਰਸ ਮੈਨੂੰ ਆਫਰ ਵੀ ਕਰਦੇ ਆ ਸਕ੍ਰਿਪਟਸ ਯੂਜ਼ ਮੀ ਐਜ਼ ਐਨ ਐਕਟਰ ਤੁਸੀਂ ਅਸੀਂ ਮਿਹਨਤ ਕਰਨ ਨੂੰ ਤਿਆਰ ਹੈ ਅਸੀਂ ਐਕਸਪੈਰੀਮੈਂਟ ਕਰਨ ਨੂੰ ਤਿਆਰ ਹੈ ਅਤੇ ਇਹੋ ਜਿਹੀ ਸਟੋਰੀਆਂ ਸਾਨੂੰ ਦਿਓ ਜਿਹੜਾ ਆਡੀਅੰਸ ਨੂੰ ਵੀ ਕਨੈਕਟ ਕਰੇ ਸਾਡੇ ਨਾਲ ਕਿ ਇਹ ਰੀਅਲਿਸਟਿਕ ਹੋ ਸਕਦੇ ਆ ਕੈਰੇਕਟਰਸ ਸੋ ਇਹ ਚੀਜ਼ਾਂ ਨੇ ਜੀ ਬਾਕੀ ਮੈਂ ਤੁਹਾਨੂੰ ਕਿਹਾ ਕਿ ਵੈਲੰਟਾਈਨ ਦਾ ਇਹ ਵੀਕਐਂਡ ਹੈਗਾ
ਤੇ ਸਾਰੇ ਉਹ ਘੁੰਮ ਘੁਮਾ ਕੇ ਫਿਰ ਕਹਿੰਦੇ ਕਿ ਜਿਹਨੂੰ ਫਿਲਮਾਂ ਵੇਖ ਕੇ ਆਈਏ ਅਸੀਂ ਹਸਾਉਣਾ ਚਾਹੁੰਦੇ ਹਾਂ ਅਸੀਂ ਇੱਕ ਰੋਮਾਂਟਿਕ ਸਿਚੁਏਸ਼ਨ ਹੈ ਤੇ ਅਸੀਂ ਕਿਹਾ ਕਿ ਚਲੋ ਠੀਕ ਹੈ ਇਹ ਇਟਸ ਅ ਪਰਫੈਕਟ ਟਾਈਮ ਇਹ ਰਿਲੀਜ਼ ਹੋਵੇ ਫਿਲਮ ਜੀ ਜੀ ਬਿਲਕੁਲ 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 ਅਸੀਂ ਆਪਣੇ ਵੱਲੋਂ ਵੀ ਸਾਰੇ ਪੰਜਾਬੀਅਤ ਦੁਨੀਆਂ ਦੇ ਵਿੱਚ ਵਸਣ ਵਾਲੇ ਪੰਜਾਬੀ ਚਾਹੇ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਕੈਨੇਡਾ 'ਚ ਰਹਿੰਦੇ ਹੋ ਇੰਗਲੈਂਡ ਆਸਟ੍ਰੇਲੀਆ ਚਾਹੇ ਇੰਡੀਆ ਪੰਜਾਬ ਦੇ ਵਿੱਚ ਰਹਿੰਦੇ ਹੋ ਸੋ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਜ਼ਰੂਰ ਜਾਇਓ ਇਹ ਫਿਲਮ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਤੂੰ ਹੋਵੇ ਮੈਂ ਹੋਵਾਂ ਸੋ ਬਹੁਤ ਸ਼ਾਨਦਾਰ ਮੂਵੀ ਹੈ ਜਿਵੇਂ ਕੁਲਰਾਜ ਜੀ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਇਸ ਫਿਲਮ ਬਾਰੇ ਸੋ ਹੁਣ ਆਪਾਂ 10 ਤਰੀਕ ਨੂੰ ਦੇਖਾਂਗੇ ਸਾਰੀ ਫਿਲਮ ਜਿਹੜੀ ਹੈ ਦੇਖ ਕੇ ਉਸ ਤੋਂ ਬਾਅਦ ਤੁਹਾਡੀ ਫੀਡਬੈਕਸ ਵੀ ਬਰਮਿੰਗਮ ਦੇ ਵਿੱਚ ਓਬਵੀਅਸਲੀ ਅਸੀਂ ਜਾਵਾਂਗੇ ਥੀਏਟਰਸ ਦੇ ਵਿੱਚ ਜਾ ਕੇ ਫੀਡਬੈਕ ਵੀ ਜ਼ਰੂਰ ਲਵਾਂਗੇ ਕੁਲਰਾਜ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਅੱਜ ਰੂਬਰੂ ਹੋਏ ਹੋ ਬਹੁਤ ਧੰਨਵਾਦ ਤੁਹਾਡਾ थैंक यू दलजीत जी सो मच ਤੁਹਾਡਾ ਬੜਾ ਸਪੋਰਟ ਸਾਨੂੰ ਚਾਹੀਦਾ ਹੈਗਾ ਹੁਣ ਵੀ ਨਹੀਂ ਬਟ ਫਿਊਚਰ ਚ ਵੀ ਬਿਕੋਜ਼ ਮੈਂ ਫੇਰ ਦੁਬਾਰਾ ਕਹਿਣਾ ਚਾਹਾਂਗੀ ਥੈਂਕ ਯੂ ਯੂਕੇ ਤੇ ਦੁਨੀਆ ਤੋਂ ਹਰ ਕੋਨੇ ਚ ਮੈਨੂੰ ਬੜਾ ਪਿਆਰ ਮਿਲਿਆ ਸ਼ੁਰੂ ਤੋਂ ਜਦੋਂ ਮੈਂ ਲਾਈਫ ਤੋਂ ਆਪਣਾ ਫਸਟ ਸ਼ੋਅ ਕਰੀਨਾ ਕੀਤਾ ਸੀਗਾ ਤੇ ਹੁਣ ਤੱਕ ਉਹ ਮੇਰੀ ਆਡੀਅੰਸ ਜਿਹੜੀ ਆ ਉਹ ਜੁੜੀ ਹੋਈ ਹੈ ਮੇਰੇ ਨਾਲ ਭਾਵੇਂ ਮੈਂ ਇੱਕ ਫਿਲਮ ਕਰਦੀ ਹਾਂ ਸਾਲ ਦੀ ਜਾਂ ਮੈਂ ਘੱਟ ਕਰਦੀ ਹਾਂ ਜ਼ਿਆਦਾ ਕਰਦੀ ਹਾਂ ਬਟ ਦੇਵ ਆਲਵੇਜ਼ ਆਲਵੇਜ਼ ਸਪੋਰਟਡ ਮੀ ਲਵ ਮੀ ਸੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੀਏ ਐਂਡ ਹੋਪਫੁਲੀ ਦੇ ਲਾਈਕ ਮਾਈ ਵਰਕ ਤੇ ਮੈਨੂੰ ਫੀਡਬੈਕ ਤੁਸੀਂ ਦਊਂਗੇ ਉਹਨਾਂ ਨੂੰ ਪੁੱਛ ਕੇ ਕਿ ਕਦੀ ਫਿਲਮ ਲੱਗੀ ਬਿਲਕੁਲ ਜੀ ਥੈਂਕ ਯੂ ਸੋ ਮਚ ਤੁਹਾਡਾ ਟਾਈਮ ਦੇਣ ਦਾ ਥੈਂਕ ਯੂ ਜੀ ਥੈਂਕ ਯੂ ਸਾਰੇ ਦਰਸ਼ਕਾਂ ਦਾ ਵੀ ਤੇ ਬਹੁਤ ਬਹੁਤ ਧੰਨਵਾਦ ਮਿਲਦੇ ਆ ਫਿਰ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ